उड़िया जावे My name is Mohammad Sarfaraz and I am citizen historian interviewing Ms. Nikki, daughter of Sultan, presently living at Gag number 4, Tehsil Sholkot, district Jhang, for the 1947 partition archive for the first time, and the date is 20th May 2017. अम्मा जी मैं 1947 तकसीम हिंद वालों तुहाड़ियां गल्लां याददाश्तां रिकॉर्ड करन लई आया वां ते ए तुसीं दसो वी तुहाडा नां की है निक्की ते तुहाडे अब्बा जी दा की नां सुल्तान ते तुसीं जिहड़ी इस वक्त रहिंदे हो इस जगह दा नां की है इहनूं चार काग अच्छा ए दसो वी उत्थे अपने देशां दे विच पिंड किहड़ा सीगा असीं रहिंदे सीगे ਲੱਖਾਂ ਸਿਵਾਲਾ ਸੀ ਪਿੰਡ ਅੱਛਾ ਮਤਲਬ ਉੱਥੇ ਥੋੜ੍ਹਾ ਜਿਹਾ ਫਰਕ ਨਾ ਆਤੀ ਕਿੰਨਾ ਕੁ ਫਰਕ ਸੀਗਾ ਅੱਲਾ ਜਾਣੇ ਦੀ ਹੁਣ ਮੈਨੂੰ ਨਹੀਂ ਇੰਨਾ ਪਤਾ ਅੱਛਾ ਪੰਜ ਕੋਲ ਜਾਤੀ ਚਾਰ ਕੋਲ ਜਾਤੀ ਕੋਈ ਆਂਢ ਗੁਆਂਢ ਦੇ ਦੋ ਚਾਰ ਪਿੰਡਾਂ ਦੇ ਨਾਂ ਦੱਸੋ ਤਾਂ ਮੈਨੂੰ ਤਾਂ ਵੀ ਰੇਬ ਨਹੀਂ ਪਤਾ ਅੱਛਾ ਤੇ ਆਪਣਾ ਘਰ ਜਿਹੜਾ ਤੁਹਾਡਾ ਸੀਗਾ ਹਾਂ ਉਹਦਾ ਪਤਾ ਉਹਦਾ ਵੀ ਕੀ ਪਤਾ ਸਾਨੂੰ ਹਾਂ ਨਹੀਂ ਮਨਾ ਉਹ ਕੱਚਾ ਸੀ ਪੱਕਾ ਸੀ ਹਾਂ ਕੱਚਾ ਸੀ ਕੱਚੇ ਸੀ ਕੱਚੇ ਹੀ ਦੇ ਮਕਾਨ ਜਾਂਦਾ ਉੱਤੇ ਸਭ ਵੀ ਕੱਚੇ ਸੀ ਅੱਛਾ ਤੇ ਕਿੰਨੇ ਕੁ ਕੋਠੇ ਹੋਣਗੇ ਉਸ ਘਰ ਨੂੰ ਸਾਡੇ ਇੱਕ ਮਕਾਨ ਤੇ ਇੱਕ ਬੈਠਕ ਤੇ ਅੱਛਾ ਹਾਂ ਘਰ ਕੋਈ ਡੰਗਰ ਡੁੰਗਰ ਵੀ ਰੱਖੇ ਸੀਗੇ ਨਹੀਂ ਹਾਂ ਪਹਿਲਾਂ ਮੇਰੇ ਪਿਓ ਨੇ ਰੱਖੇ ਨੇ ਸਾਡੀ ਸੋਝੀ ਜੀ ਕੋਈ ਨਹੀਂ ਰੱਖਿਆ ਅੱਛਾ ਤੇ ਤੁਹਾਡੇ ਆਬਾ ਜੀ ਕੀ ਕੰਮ ਕਰਦੇ ਸੀਗੇ ਸਾਡਾ ਅੱਬਾ ਜੀ ਬਸ ਬਾਹਰੇ ਹੀ ਰਹਿੰਦਾ ਸੀ ਕਿਤੇ ਦਿਹਾੜੀ ਲੱਭ ਗਈ ਕਿਤੇ ਕੁਛ ਕਰ ਲਿਆ ਕਿਤੇ ਕੁਛ ਕਰ ਲਿਆ ਅਸੀਂ ਇਹੋ ਜਿਹਾ ਹੀ ਕੰਮ ਸੀਗਾ ਅਤੇ ਘਰ ਦੇ ਵਿੱਚ ਤੁਹਾਡੇ ਅੱਬਾ ਜੀ ਤੋਂ ਇਲਾਵਾ ਹੋਰ ਕੌਣ ਕੌਣ ਰਹਿੰਦੇ ਸੀਗੇ ਸਾਡੀ ਮਾਂ ਤੀ ਉਹਦਾ ਕੀ ਨਾਂ ਉਹਨੂੰ ਪੇਕੇ ਤਾਂ ਛੋਟੀ ਉਹ ਕਹਿੰਦੇ ਤੇ ਅੱਛਾ ਜਾਣੀ ਉਹਦਾ ਨਾਂ ਤੀ ਪ੍ਰਤਾਪ ਅੱਛਾ ਅਤੇ ਭੈਣਾਂ ਭਰਾਵਾਂ ਵਿੱਚ ਤੁਹਾਡਾ ਕਿੰਨਵਾਂ ਨੰਬਰ ਸੀਗਾ ਮੇਰਾ ਨੰਬਰ ਹੈ ਚੌਥਾ ਤੁਹਾਥੋਂ ਬੜੇ ਤਿੰਨ ਵਾ ਹਾਂ ਤਿੰਨ ਭੈਣਾਂ ਤੀਆਂ ਵੱਡੀਆਂ ਉਹਨਾਂ ਦਾ ਕੀ ਨਾਂ ਸੀ ਉਹਦੇ ਨਾਲ ਇੱਕ ਨਾਂ ਬਚਨੀ ਤੀ ਬੜੀ ਨਾਂ ਉਦੋਂ ਛੋਟੀ ਨਾਂ ਉਮਰੀ ਤੀ ਅੱਛਾ ਉਦੋਂ ਛੋਟੀ ਲੱਗੀ ਆ ਜਿਹੜੀ ਹਿੰਦੁਸਤਾਨ ਵਿੱਚ ਅੱਛਾ ਉਦੋਂ ਛੋਟੀ ਮੈਂ ਉਦੋਂ ਛੋਟਾ ਤੀ ਮੇਰਾ ਭਰਾ ਉਹਦਾ ਕੀ ਨਾਂ ਭਾਈ ਦਾ ਭਾਈ ਦਾ ਨਾਂ ਸੀ ਹਸਨ ਹਸਨ ਹਾਂ ਤੇ ਤੁਹਾਡੇ ਦਾਦਾ ਦਾਦੀ ਵੀ ਉੱਥੇ ਰਹਿੰਦੇ ਸੀ ਦਾਦੇ ਦਾਦੀ ਹੋਣੀ ਸਾਡੀ ਸੋਝੀ ਤੋਂ ਕੋਈ ਮੁੱਕ ਗਏ ਨੇ ਅੱਛਾ ਮੁੱਕ ਗਏ ਸੀ ਹਾਂ ਤੇ ਤੁਹਾਡੇ ਨਾਨਕੇ ਕਿੱਥੇ ਰਹਿੰਦੇ ਸੀਗੇ ਮੇਰੇ ਨਾਨਕੇ ਜੀ ਰਾਮਪੁਰ ਹਾਂਜੀ ਰਾਮਪੁਰ ਮਰਾਦ ਦਾ ਉਹਦਾ ਰਾਮਪੁਰ ਹੀ ਕਹਿੰਦੇ ਸੀ ਭਾਈ ਉਹਦੇ ਨਾਲ ਲੱਗਦਾ ਸੀਗਾ ਦਰਾਹਾ ਮੰਡੀ ਦਰਾਹੇ ਮੰਡੀ ਜਾ ਕੇ ਲਹਿੰਦੇ ਤੇ ਉੱਥੇ ਪੱਕੇ ਜਾਂਦੇ ਤੇ ਅੱਛਾ ਤੇ ਤੁਹਾਡੇ ਪਿੰਡ ਦੇ ਵਿੱਚ ਕੋਈ ਸਕੂਲ ਸੀਗਾ ਹਾਂ ਸੀਗਾ ਸਕੂਲ ਦਾ ਪ੍ਰਾਇਮਰੀ ਸੀਗਾ ਜਾਂ ਪ੍ਰਾਇਮਰੀ ਉਹ ਹੋਣਾ ਉਹਦੇ ਕਮਰੇ ਕੱਚੇ ਸੀ ਪੱਕੇ ਸੀਗੇ ਅੱਲਾ ਜਾਣੀ ਮੈਨੂੰ ਇੰਨਾ ਕੋਈ ਪਤਾ ਨਹੀਂ ਸਿੱਖਾਂ ਦੀ ਕਿਹੜੀ ਗੋਤ ਰਹਿੰਦੀ ਸੀਗੀ ਉੱਥੇ ਮੈਨੂੰ ਵੀ ਕੋਈ ਪਤਾ ਨਹੀਂ ਇੰਨਾ ਹੈਗਾ ਮੈਂ ਤੈਨੂੰ ਦੱਸਾਂ ਇਹਨੇ ਜਾਣੀ ਫਕੀਰਾਂ ਦੇ ਵੀ ਘਰ ਸੀ ਕੁਮਾਰਾਂ ਦੇ ਵੀ ਸੀਗੇ ਜਾਣੀ ਕੰਮੀ ਘਰ ਰਹੀ ਸੀ ਸਾਰਾ ਉੱਥੇ ਕੋਈ ਦਰਬਾਰ ਵੀ ਸੀਗਾ ਨਹੀਂ ਅੱਛਾ ਕੋਈ ਦਰਬਾਰ ਨਹੀਂ ਤੇ ਜਦੋਂ ਇਹ ਉਜਾੜੇ ਪਏ ਸੀਗੇ ਪਾਕਿਸਤਾਨ ਬਣਾਇਆ ਤੇ ਤੁਹਾਡੇ ਮਾਂ ਪਿਓ ਉਸ ਲਈ ਕੀ ਕਹਿੰਦੇ ਸੀਗੇ ਸਾਡੇ ਮਾਂ ਪਿਓ ਮੇਰੀ ਜਿਹੜੀ ਵੱਡੀ ਭੈਣ ਸੀ ਨਾ ਅਸੀਂ ਦੋ ਭੈਣਾਂ ਤੀਆਂ ਇੱਕ ਘਰ ਉਹ ਪਹਿਲਾਂ ਸਿੱਖ ਗਏ ਸਾਨੂੰ ਲੈਣ ਅੱਛਾ ਪਹਿਲਾਂ ਸਾਡੇ ਸਹੁਰੇ ਤੀ ਹੋਰ ਪਿੰਡ ਵੀ ਕਈ ਪਿੰਡਾਂ ਦੇ ਕਿ ਮੇਰੀ ਮਾਂ ਦੇ ਨਾਨਕੇ ਵੀ ਆਏ ਉੱਥੇ ਹੋਰ ਵੀ ਘਰ ਆਏ ਰਿਸ਼ਤੇਦਾਰ ਵੀ ਇੱਥੇ ਅਮਨ ਸਰਦਾਰ ਦਾ ਪਿੰਡ ਹੋਇਆ ਉਹ ਵੀ ਰੱਬ ਦਾ ਫਿਰ ਖਿੰਡ ਖੰਡ ਪਰ ਫਿਰ ਅਸੀਂ ਚੱਲ ਗਏ ਨਾਭੇ ਅੱਛਾ
नाभे इधरों सिख गया जी कोई वो कहता था इन्ने मेरे बड़े गए इन्ने मेरे मारे गए मुसलिया ने क्यों रखे ते मुंडे का मार दे दिना रात मारे बड़े गए ने वो फिर भी गल मका भी असी सरदार ने सानू कढ़ता साढ़े सौरा थी जरा मेरा जेठ मतलब मेरी भैन के घर वो सानू लैन चले पहले सिख गए पे लैन मेरे प्यो ने सानू ना तो मैं इन दिंदा हाथ मैं मार दूंगा मैं थोड़े हाथ ही नहीं लगा उन्होंने एक बंदा भी होगा वो नहीं जा सकता फिर वो मेरा भनोईया गया वो सानू उतों लै आया लिया के उतों होर भी थी मेरी फुफी थी वो दुए घर ब्याही हुई थी वो भी बहुत हो गई है बहुत हो गई जानी वह भी नाल आ गई एक फुफी होर थी चौंधे ब्याही थी वह भी आई हुई थी वो कुड़ी वो मुंडा वह भी साढ़े नाले आ गए साढ़े नाले आके उन्होंने घर बार से कुछ दिन रहे वो अपना फिर अपने चौंधे चले गए चौंधे दी गई मेरी भूखा सानू मेरे उन्होंने सिखा ने कहा भी लै जाओ जड़िया ले जानिया ने सिख भी वो ना कि मेरे भनोइए लै जाओ जड़िया ले जानिया ने सानू लिया मेरे प्यो ने कहता भी चलो ये अपने हकी दू जो किसी दू ये गल तो नहीं होनी वो भाई सानू लिया गल मका सी उ रहे सानू सिखा के घर मेरे सहुरे ने पा देना घर चाहे चाकिया होंगे ने भी ये तो एवें ही आ गए आए बाए मेरी वो भैन भी थी मैं भी थी मेरा भरा भी थी वो दूई भैन भी असि चारे भैन भाई आ गए उतों आके फिर भी उतों अमन मान होया कुछ रात को निकले अस सहुरा मेरा कला कले जीजा क्ढन लग गया कोटले चल गए कोटले आ गए भाई कोटले आके फिर कैंप लग गया कैंप लग के कैंप च रहे फिर गड्डी लग गई गड्डी लग के आ गए अमृतसर आके गड्डी बहुत चिर खड़ी रही पुलिस नाल आए फिर गई थी गड्डी ताले लगे हुए थे दुनिया अंदर बाड़ी हुई थी अंदर बाड़ी जी पानी पूनी रख लो पता बस आई घड़ी भी खैर थी भी बस मार देना इतने छड़ना नहीं मार देना चलो जी दो घंटे खड़ी चार खड़ी सानू इन्नी सोची कोई नहीं है गड्डी खड़ी रही बहुत चिर फिर वो गड्डी टूरी फिर असी लाहौर आके उतर गए उत्थे कैंप लग गया कैंप लग गया तो आपदा उत्थे कुलियां जी बनिया हुई तो चादर आई उत्थे रेत के लिटे रहे फिर बारना दियाँ फौजी आई फिर सानू उत्थे बाहर उतों मेरा एक जेठ पहला आ गया थी इधर फिर भाई असी आ गए कैंप माने वो कैंप पर माने लगा कि आ ढंग के राज उतों आगे फिर सानू जमीना पै गई इधर फरे चकती उत्थे साल रहे उतों भी ठाले गए फिर आ मंजूर हो गई फिर इतने आ गए इतने बथेरे जमटे कट्टे ने माँ प्यो भी सानू कढ़ता कि माँ प्यो साढ़े कढ़ लिया उतों दुनिया जो मुसलमान थे सब कढ़ लिया बैणा थी उधर बैणा पिंड वै उत कोई फकीर उसकी रोशनी लगती होंगी थी मैंने की रोशनी मशहूर थी जरगदा मेला मशहूर थी मेरे सहुरिया के कोल थी जरगदा मेला उत्थे आके ले जाके फिर मारे बड़े प्यो मेरा उतो निकलिया मेरी माँ भी निकल आई मेरी माँ ने खूब छाल मारी दस देती प्यो मेरा फिर उत्थे आ गया ब्राह्मण थी ब्राह्मण को चंगे बना ती सारा घर बार भी उत्थे चटिया ब्राह्मण ने ब्राह्मण दे सिट गए मेरा प्यो आया कहना मैं इन रख सकता यानी उत्थे दा चमार ती जुत्तियां वेचण आउंदा हुंदा कि मेरी भैन पुछदी हुंदी थी उहनूं इतना मेरा कहना भाई तेरे प्यो दे मुश्कां ला लिया फिर कलर च जाके वड्डिया मारिया मेरे ताए का पुत जी उत्थे वड्डिया मारिया ताई भी ताया भी सारे उत्थे खत्म हो गया साडा कलमा चाचे ताए ती होर मेरे दादे भी कई रात ती सारे उत्थे मारे गए ने मैंने थे आ भी साडा हालात आया असी इधर आए हैं दादे का की नाम सी मेरे दादे नाम की रुद्दू चाचे ताया मेरा अगो ही मुक गया नहीं, नहीं, ना मेनू ओ नाम का भी नहीं पता
एक जी मिल के जरा उठे रहता थी साढ़े को टाया भी कितने पहली जिम को गया थी फिर मेरे ताए के पुत्र मामा ले गया ओदे इलाज है नहीं फिर खन्ने रहा रहा इधर आ गए तो सही कोई पेट ओंदे लगे कुछ इतने लगे सिर पर पाल गए उपाय भी मुक गया भरजाई भी मुक गई सब मुक गए भतीजा की बड़ा वह भी मुक वो छोटे छोटे ही थे जब उधर आया कोई पता नहीं आ भी साड़ी दासदान थी आ साड़ी गल वो ताए के तीन पुत थी ताई थी धी थी ताया थी वो उठे खत्म करते हाँ महीने च दुए चाचे ताए थी वह भी मेरे प्यो के ताए चाचियों के पुत थी सारे उठे खत्म हो गए दो मुंडे उदे बचे थे वो कोट पिंड की माजरा वो उठे चले गए उठे कह लगे भी खुड़िया लाने है नहीं कोई चलो रख लो खुड़िया लाने होंगे वो इधर आ गए इधर आके वह भी मुक गए ने एक जे है ही नहीं हूँ कुछ एक जे है बच्चे आ दस दान की भाई साड़ी आ गल की ਜਿਹੜੇ ਤੁਹਾਡੇ ਉੱਥੇ ਅਮਸ਼ੀਰ ਆ ਜਿਹੜੀ ਉੱਥੇ ਰਹਿੰਦੀ ਆ ਉਹਦਾ ਕੀ ਨਾਮ ਰਜੀਆ ਰਜੀਆ ਉਹ ਕਿੱਡੀ ਸੀਗੀ ਉਹ ਵੀ ਉਹ ਮੇਰੇ ਬੜੀ ਸੀ ਉਹ ਸੀ 8-9-10 ਸਾਲਾਂ ਦੀ ਤੇ ਉਹਦਾ ਆਉਣ ਤੋਂ ਪਹਿਲੇ ਉੱਥੇ ਵਿਆਹ ਕਰਤਾ ਸੀਗਾ ਉਹਦਾ ਬੋਲ ਕੀਤਾ ਸੀ ਮੰਗੀ ਹੋਈ ਸੀ ਅੱਛਾ ਕਿਹਨਾਂ ਦੇ ਘਰ ਮੰਗੀ ਸੀਗੀ ਉਹ ਆ ਜਿਹੜਾ ਮੁੰਡਾ ਰਾਤ ਆਇਆ ਸੀ ਇਹ ਤੁਸੀਂ ਇਹਨਾਂ ਦਾ ਨਾਂ ਲਵੋ ਮੈਨੂੰ ਨਹੀਂ ਪਤਾ ਕੌਣ ਆਇਆ ਸੀ ਰਾਤ ਫਰੂਕ ਅੱਛਾ ਅੱਛਾ ਹਾਂ ਉਹ ਫਿਰ ਉਹਦਾ ਸਵਰਾ ਆਇਆ ਮੇਰੇ ਸਵਰੇ ਨੇ ਨਾ ਆਏ ਤੋਰ ਦੀ ਉਹਨੇ ਅੱਛਾ ਤੁਸੀਂ ਆਪਣਾ ਨਿਕਾਹ ਕਰੋ ਜੋ ਮਰਜ਼ੀ ਕਰੋ ਮੇਰੇ ਰਿਸ਼ਤੇਦਾਰ ਦਾ ਬੋਲ ਕੀਤਾ ਕਿ ਮਾਇਆ ਮਾਨਤਾ ਦੇ ਵਿੱਚ ਕਿਆਮਤ ਨਹੀਂ ਕਰਦੀ ਤੇ ਉਹ ਨਹੀਂ ਆਏ ਤੁਹਾਡੇ ਨਾਲ ਚੜ ਕੇ ਨਹੀਂ ਉਹ ਨਹੀਂ ਆਏ ਉਹਨਾਂ ਦਾ ਕਬੀਲਾ ਸਾਰਾ ਹੀ ਇੱਧਰ ਆ ਗਿਆ ਉਹ ਨਹੀਂ ਆਏ ਅੱਛਾ ਉੱਥੇ ਹੀ ਗਏ ਉੱਥੇ ਰਹਿ ਗਏ ਉੱਥੇ ਹੀ ਰਹਿ ਗਏ ਜਦੋਂ ਤੁਸੀਂ ਮਲੀਰਕੋਟ ਲੈ ਗਏ ਸੀਗੇ ਉੱਥੇ ਕਿੰਨੇ ਕੁ ਦਿਨ ਰਹੇ ਸੀਗੇ ਉੱਥੇ ਅਸੀਂ ਸਿਆਲ ਕੱਢੇ ਅੱਛਾ ਸਿਆਲ ਕੱਢੇ ਸਿਆਲ ਜੇ ਨਿਕਲੇ ਜੀ ਉੱਥੋਂ ਮਾਗ ਪਹੁੰਚ ਫਿਰ ਅਸੀਂ ਕੱਢਿਆ ਫਿਰ ਉੱਥੇ ਸਿਆਲ ਅੱਛਾ ਸਿਆਲ ਕੱਢ ਕੇ ਫਿਰ ਵੀਰ ਉੱਥੋਂ ਆਪਦਾ ਹਾੜੀਆਂ ਵੱਡੀਆਂ ਗਈਆਂ ਤੀਆਂ ਯਾਨੀ ਜੇਠ 'ਚ ਉੱਥੋਂ ਵੱਡੀ ਲੱਗੀ ਤੀ ਸਾਡੀ ਰੇਲ ਗੱਡੀ ਹਾਂ ਰੇਲ ਗੱਡੀ ਉਹ ਰੇਲ ਗੱਡੀ ਦੇ ਵਿੱਚ ਫਿਰ ਦੁਨੀਆ ਬਹੁਤ ਆਈ ਸੀ ਉਹ ਕੈਂਪ ਦੇ ਵਿੱਚ ਤੁਹਾਨੂੰ ਖਾਣਾ ਪੀਣਾ ਕੌਣ ਦਿੰਦਾ ਸੀਗਾ ਖਾਣਾ ਪੀਣਾ ਆਪ ਦਾ ਖਾਂਦੇ ਸੀ ਤੁਸੀਂ ਆਪਣੇ ਨਾਲ ਲੈ ਗਏ ਸੀਗੇ ਸਮਾਨ ਖਾਣ ਪੀਣ ਦਾ ਮੇਰਾ ਸਹੁਰਾ ਪੈਸੇ ਲੈ ਗਿਆ ਸੀ ਅਬੀ ਟੁੰਮਾ ਲੈ ਗਈ ਸੀ ਕਾਰੋਬਾਰ ਚੰਗਾ ਸੀ ਪੈਸਾ ਬਥੇਰਾ ਸੀ ਟੁੰਮਾ ਬਥੇਰੀਆਂ ਸੀਗੀਆਂ ਉੱਥੇ ਕੋਟਲੇ ਬਹਿ ਕੇ ਖਾਧੀਆਂ ਅੱਛਾ ਫਿਰ ਕੰਪ 'ਚ ਖਾਧੀਆਂ ਯਾਦ ਆ ਗਏ ਲਾਹੌਰ ਉੱਥੇ ਫਿਰ ਅਦਬਾ ਜੀ ਨੂੰ ਚੌਲ ਮਿਲਦੇ ਹੁੰਦੇ ਸੀ ਬਾਕੀ ਆਪਣਾ ਮੁੱਲ ਲੈ ਕੇ ਖਾਣਾ ਟੱਬਰ 'ਤੇ ਖਾਧਾ ਭਾਰੀ ਦੀ 6 ਪੁੱਤ ਤੀ 4 ਨੂੰਹਾਂ ਤੀਆਂ ਪੋਤੇ ਜੀ ਪੋਤੀਆਂ ਆਉਂਦੀਆਂ ਅਸੀਂ ਜੇ ਇੱਕ ਧੀ ਤੀ ਇੱਕ ਮੇਰਾ ਸਹੁਰਾ ਸੀ ਹਾਂ ਅਸੀਂ ਸੀਗੇ ਅਤੇ ਜਦੋਂ ਤੁਸੀਂ ਉੱਥੋਂ ਗੱਡੀ 'ਚ ਮਲੀਰਕੋਟਲੇ ਅਤੇ ਲਾਹੌਰ ਤੱਕ ਤੁਸੀਂ ਆਏ ਆ ਨਾਲ ਫੌਜ ਸੀਗੀ ਹਾਂ ਫੌਜ ਤੀ ਕਿਹਨਾਂ ਦੀ ਫੌਜ ਸੀਗੀ ਨਾਲ ਅੱਲਾ ਜਾਣੇ ਮੈਨੂੰ ਇਹ ਨਹੀਂ ਪਤਾ ਵੀ ਹਿੰਦੂਆਂ ਦੀ ਮੁਸਲਮਾਨਾਂ ਦੀ ਹੋਣੀ ਆ ਇਹਨਾਂ ਨਹੀਂ ਕੋਈ ਜ਼ਰੂਰੀ ਨਹੀਂ ਹਾਂ ਅੱਲਾ ਜਾਣੇ ਹਿੰਦੂਆਂ ਦੀ ਕੀ ਤੈਨੂੰ ਦੱਸਿਆ ਵੀ ਤਾਲੇ ਡੱਬਿਆਂ ਨੂੰ ਲੱਗੇ ਹੋਏ ਤੇ ਬੰਦ ਦੀ ਗੱਡੀ ਅੱਛਾ ਤਾਲੇ ਲਾ ਕੇ ਤਾਲੇ ਲਾਏ ਹੋਏ ਤੇ ਜਾਣੀ ਦੇਖਣ ਵਾਲੇ ਦੇਖਦੇ ਤੇ ਵੀ ਫੌਜ ਐਂ ਛੱਡੀ ਕਿ ਨਾਲ ਨਾਲ ਗੱਡੀਆਂ ਡੱਬਿਆਂ ਦੇ ਨਹੀਂ ਉਹ ਜਿਹੜਾ ਗੱਡੀ ਮਾਲ ਗੱਡੀ ਸੀ ਜਾਂ ਸਵਾਰੀਆਂ ਵਾਲੀ ਗੱਡੀ ਸਵਾਰੀਆਂ ਵਾਲੀ ਗੱਡੀ ਸਵਾਰੀਆਂ ਵਾਲੀ ਗੱਡੀ ਤੇ ਮਾਲ ਨਹੀਂ ਸੀ ਸਵਾਰੀਆਂ ਵਾਲੀ ਗੱਡੀ ਹਾਂ ਗੱਡੀ ਦੇ ਛੱਤ ਤੇ ਵੀ ਬੰਦੇ ਬੈਠੇ ਸੀਗੇ ਨਹੀਂ ਵਿੱਚ ਸੀ ਸਾਰੇ ਵਿੱਚ ਸੀਗੇ ਸਭ ਵਿੱਚ ਬੰਦ ਕੀਤੇ ਹੋਏ ਅੱਛਾ ਜਿਵੇਂ ਤੁਸੀਂ ਦੱਸਦੇ ਕਿ ਵੀ ਉੱਥੇ ਅੰਮ੍ਰਿਤਸਰ ਗੱਡੀ ਖੜੀ ਰਹੀ ਆ ਹਾਂ ਅੰਮ੍ਰਿਤਸਰ ਉਹ ਬੰਦੇ ਜਿਹੜੇ ਵੱਡੇ ਸੀ ਉਹ ਦੱਸ ਗਏ ਹੁੰਦੇ ਕਿ ਨਾ ਖੜੀ ਰਹੀ ਆ ਗੱਡੀ ਅੱਛਾ ਤੁਹਾਨੂੰ ਯਾਦ ਪੈਂਦਾ ਵੀ ਗੱਡੀ ਖੜੀ ਰਹੀ ਸੀ ਹਾਂ ਗੱਡੀ ਖੜੀ ਰਹੀ ਹੈ ਅੱਛਾ ਗੱਡੀ ਖੜੀ ਰਹੀ ਹੈ ਗੱਡੀ ਉੱਥੇ ਬਹੁਤ ਚਿਰ ਖੜੀ ਰਹੀ ਹੈ ਬੰਦੇ ਅੱਲਾ ਹੀ ਅੱਲਾ ਕਰਦੇ ਸੀ ਵੀ ਦੇਖੋ ਕਿਵੇਂ ਜਾਂਦੇ ਹਾਂ ਅਸੀਂ ਬਸ ਹੁਣ ਸਾਡੀ ਸਿਆਮਤ ਆ ਗਈ ਹੁਣ ਸਾਨੂੰ ਇੱਥੇ ਮਾਰ ਦੇਣ ਜਾਂ ਗੱਡੀ ਤੁਰੀ ਜਦ ਬੰਦਿਆਂ ਨੂੰ ਕੋਈ ਸਕੂਨ ਆਇਆ ਕਿ ਹੁਣ ਅਸੀਂ ਕਿਸੇ ਕਿਨਾਰੇ ਲੱਗਾਂਗੇ ਪਾਕਿਸਤਾਨ ਜਾਵਾਂਗੇ ਆ ਵੱਡਿਆਂ ਨੂੰ ਪਤਾ ਹੋਊਗਾ ਵੀ ਲਾਹੌਰ ਜਾਂਦੀ ਆ ਕਿੱਥੇ ਜਾਂਦੀ ਹੈ ਲਾਹੌਰ ਲਿਆ ਕੇ ਜਾਣੀ ਸਾਨੂੰ ਗੱਡੀ ਨੇ ਲਾਹ ਦਿੱਤਾ ਸੀ
ਰਹੇ ਰਾਸ਼ਨ ਪਾਣੀ ਬਿਮਾਰ ਵੀ ਹੁੰਦੇ ਸੀ ਵੀਰ ਅੱਲਾ ਜਾਣਦਾ ਮੈਂ ਕਹਾ ਵੀ ਸਾਡੇ ਕੋਈ ਨੀ ਸੀ ਬਿਮਾਰ ਹੋਇਆ ਜੇ ਹੋਇਆ ਹੋਊਗਾ ਬਾਹਰ ਦੀ ਵਾਰ ਸਿਆਣਿਆਂ ਨੂੰ ਪਤਾ ਸਾਨੂੰ ਨਿਆਣਿਆਂ ਨੂੰ ਕੀ ਪਤਾ ਸੀ ਹੁਣ ਇਹ ਬੱਚੇ ਨੂੰ ਜੇ ਪੁੱਛੇ ਵੱਡੇ ਨੂੰ ਇਹਨੂੰ ਕੀ ਪਤਾ ਹੈ ਸਹੀ ਗੱਲ ਹੈ ਤੇ ਕੋਈ ਈਦ ਸ਼ੀਦ ਦਾ ਯਾਦ ਹੈ ਵੀ ਈਦ ਕਿੱਥੇ ਕਰਕੇ ਕੀਤੀ ਸੀਗੀ ਉਸ ਵੇਲੇ ਛੋਟੀ ਈਦ ਰੋਜ਼ਿਆਂ ਵਾਲੀ ਰੋਜ਼ਿਆਂ ਵਾਲੀ ਈਦ ਅਸੀਂ ਆਪਣੇ ਮਾਂ ਪਿਓ ਦੇ ਘਰੇ ਕੀਤੀ ਸੀ ਅੱਛਾ ਈਦ ਕਰਕੇ ਫਿਰ ਹੱਲਾ ਪਿਆ ਹਾਂ 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 ਤੇ ਵੱਡੀ ਈਦ ਕਿੱਥੇ ਆ ਕੇ ਕੀਤੀ ਸੀਗੀ ਵੱਡੀ ਉੱਥੇ ਮੇਰੇ ਸਹੁਰੇ ਆਉਂਦਾ ਹੀ ਕੀਤੀ ਹੋਊਗੀ ਢਾਈ ਮਹੀਨੇ ਪਿੱਛੇ ਜਾਂ ਦੋ ਮਹੀਨੇ ਦਸ ਦਿਨ ਪਿੱਛੇ ਹੋਣਗੇ ਜਦ ਅਸੀਂ ਉੱਥੇ ਰਹਿ ਜਾਂਦੇ ਇਹ ਮੇਰਾ ਸਹੁਰਾ ਸਾਨੂੰ ਜੱਟਾਂ ਦੇ ਪਾ ਦਿੰਦਾ ਸੀ ਉਹ ਕਿੱਥੇ ਨਾਲ ਕਿਤੇ ਗੁਆਂਢ ਰਹਿੰਦੇ ਸੀਗੇ ਫਰਕ ਨਾ ਆ ਸੀ ਕਿਹੜਾ ਪਿੰਡ ਸੀ ਜਿੱਥੇ ਰਹਿ ਕੇ ਸੀ ਰੌਣੀ ਰੌਣੀ ਹਾਂ ਰੌਣੀ ਤੇ ਤੁਹਾਡੀ ਉਹ ਭੈਣ ਉੱਥੇ ਰੌਣੀ ਵਿਆਹੀ ਹੋਈ ਆ ਸਾਡੀ ਭੈਣ ਗਿਦੜੀ ਵਿਆਹੀ ਹੋਈ ਆ ਗਿਦੜੀ ਉਹਨਾਂ ਨੇ ਵਿਆਹ ਕੀਤਾ ਨਾ ਪਤਾ ਜੋ ਕੁਛ ਮੇਰੀ ਭੈਣ ਨੇ ਦੋ ਜੋੜੇ ਦੇ ਦਿੱਤੇ ਸੀ ਆਪਣੇ ਚੱਕੇ ਉਹਦਾ ਸਹੁਰਾ ਲੈ ਗਿਆ ਸੀ ਔਰ ਵਿਆਹ ਕੀ ਕੀਤਾ ਸੀ ਕੀ ਨਾ ਕੀਤਾ ਸੀ ਉਹਨਾਂ ਨੇ ਆਨੰਦ ਲਏ ਨਕਾਬ ਕੀਤਾ ਉਹਨਾਂ ਨੂੰ ਹੀ ਪਤਾ ਹੈ ਹੁਣ ਮੈਂ ਝੂਠੀਆਂ ਗਵਾਹੀਆਂ ਦੇ ਹਾਂ ਨਹੀਂ ਨਹੀਂ ਠੀਕ ਹੈ ਤੇ ਤੁਸੀਂ ਜਦੋਂ ਇੱਥੇ ਪਾਕਿਸਤਾਨ ਆ ਗਏ ਇੰਨੇ ਕੇ ਕੈਂਪ 'ਚ ਰਹਿ ਗਏ ਹਾਂ ਕੈਂਪ 'ਚ ਫਿਰ ਤੁਸੀਂ ਇੱਧਰ ਸ਼ੋਰਕੋਟ ਨੂੰ ਜਿਹੜੇ ਆਏ ਸੀਗੇ ਹਾਂ ਇੱਥੇ ਤੁਹਾਨੂੰ ਤੁਹਾਡੇ ਰਿਸ਼ਤੇਦਾਰ ਰਹਿੰਦੇ ਸੀਗੇ ਜਿਹਨਾਂ ਦੇ ਆਸਰੇ ਤੇ ਤੁਸੀਂ ਆਏ ਸੀਗੇ ਨਹੀਂ ਨਹੀਂ ਹਾਂ ਦੁਨੀਆ ਆ ਗਈ ਉਹ ਜਿਹੜਾ ਸਿੱਧੂ ਵਾਲਾ ਬਣਿਆ ਹੈ ਮਨਜ਼ੂਰ ਹੋ ਗਈਆਂ ਉਹ ਇੱਕ ਮੇਰੇ ਸਹੁਰਿਆਂ ਦਾ ਹੀ ਸੀ ਆਪਦਾ ਜੇਠ ਹੀ ਲੱਗਦੇ ਸੀ ਉਹਨਾਂ ਦਾ ਮਾਮਾ ਸੀ ਸੂਬੇਦਾਰ ਉਹਨੇ ਕਿਹਾ ਵੀ ਇੱਕ ਨੇ ਨਿਰਭਾ ਹੋਣਾ ਹੈ ਜ਼ਿਮੀਂਦਾਰ ਬੰਦੇ ਨੇ ਬਾਈ ਕਰ ਦਿੱਤੀ ਉੱਧਰ ਉਹਦੇ ਨਾਲ ਤਾਂ ਪਤਾ ਜ਼ਮੀਨਾਂ ਪਵਾਈਏ ਜ਼ਮੀਨਾਂ ਲਾਟ ਹੋ ਗਈ ਉੱਥੋਂ ਫਿਰ ਹਮਲਾ ਹੋਇਆ ਜੰਗਲ ਲੱਗਿਆ ਉਸ ਦੇ ਵਿੱਚ ਉੱਥੋਂ ਸਾਲ ਤਾਂ ਫਿਰ ਆਹ ਮਨਜ਼ੂਰ ਹੋ ਗਏ ਅੱਛਾ ਇਹਦੇ 'ਤੇ ਵੀ ਹਮਲੇ ਹਮਲੇ ਬਥੇਰੇ ਹੋਏ ਪਰ ਇਹ ਟਿਕ ਗਏ ਸਾਡੇ ਚਾਰ ਮਰਦੇ ਆ ਜਿਹੜੇ ਦੋ ਕੁ ਸਾਡੇ ਆ ਬੈਠੇ ਨੇ ਚਾਰ ਮਰਦਿਆਂ 'ਚ ਅੱਛਾ ਹਾਂ ਅੱਜ ਅੱਧੇ ਹੀ ਇੱਥੇ ਬੈਠੇ ਅਗਲੇ ਕਰਦੇ ਕੀ ਆਪਣਾ ਮੁਕੱਦਮਾ ਇਹ ਕਰੀ ਜਾਂਦੇ ਸੀ ਉਹ ਕਰੀ ਜਾਂਦੇ ਸੀ ਇਹ ਜਾਣੀ ਸਾਡੇ ਰਹਿ ਗਏ ਬਾਕੀ ਇੱਧਰ ਅੱਛਾ ਹੈ ਆਪਣਾ ਫਕੀਰ ਅਤੇ ਪੀਰ ਸੀ ਉਹਨੇ ਮਨਜ਼ੂਰ ਕਰਾ ਦਿੱਤੀ 16 ਮਰਦੇ ਸਾਡੇ ਚਾਰ ਮਰਦੇ ਬਚ ਗਏ ਸੀ ਦੂਜੇ ਜਿਹੜੇ ਸਾਡੇ ਲੋਕ ਸੀ ਉਹਨਾਂ ਦੀਆਂ ਟੁੱਟ ਗਈਆਂ ਟੁੱਟ ਕੇ ਉਹ ਪੰਜ 'ਚ ਫਿਰ ਪਈਆਂ ਨੇ ਉਹਨਾਂ ਨੂੰ ਜ਼ਮੀਨਾਂ ਧੱਕੇ ਠੁੱਡੇ ਮੇਰਾ ਵੀਰ ਬਥੇਰੇ ਖਾਧੇ ਨੇ ਬਥੇਰੇ ਹੀ ਖਾਧੇ ਨੇ ਰੋਲ ਪੁਲ ਕੇ ਜਿਹਦੀ ਜ਼ਿੰਦਗੀ ਉਹ ਬਚ ਰਹਿੰਦੇ ਨੇ ਤੇ ਫਿਰ ਤੁਸੀਂ ਜਦੋਂ ਇੱਥੇ ਆ ਗਏ ਤਾਂ ਤੁਹਾਨੂੰ ਮਾਪਿਓ ਨੇ ਸਕੂਲੇ ਨਹੀਂ ਪਾਇਆ ਨਹੀਂ ਮਾਂ ਪਿਓ ਤਾਂ ਹੈ ਹੀ ਨਹੀਂ ਸੀ ਨਾ ਇੱਥੇ ਸਕੂਲ ਸੀਗੇ ਕੋਈ ਅੱਛਾ ਨਾ ਅਸੀਂ ਪੜ੍ਹੇ ਹੈ ਨਾ ਪੜ੍ਹਾਇਆ ਕਿਸੇ ਨੇ ਚਾਚੇ ਤਾਏ ਮੇਰੇ ਚਾਚਾ ਤਾਇਆ ਕੋਈ ਹੈ ਹੀ ਨਹੀਂ ਸੀ ਸਭ ਖਤਮ ਹੋ ਗਏ ਉੱਥੇ ਤੇ ਤੁਹਾਡਾ ਫਿਰ ਜਿਹੜੇ ਘਰ ਦੇ ਨਾਲ ਕਾਫਲੇ ਦੇ ਨਾਲ ਕਿਹੜੇ ਕਿਹੜੇ ਫਰਦ ਸੀ ਜਿਹਨਾਂ ਦੇ ਨਾਲ ਤੁਸੀਂ ਉੱਥੋਂ ਤੁਰ ਕੇ ਅਤੇ ਰੇਲ ਗੱਡੀ ਬਹਿ ਕੇ ਅਤੇ ਲਾਹੌਰ ਆਏ ਅਤੇ ਪਤਾ ਨਹੀਂ ਵੀਰ ਕਿੰਨੀ ਕੁ ਦੁਨੀਆ ਆਈ ਹੈ ਜਾਣੀ ਆਹ ਜਿਹੜੇ ਘਰ ਬੈਠੇ ਨੇ ਇਹ ਸਾਡੇ ਨਾਲ ਆਏ ਤੇ ਉਹ ਵੀ ਸਭ ਚੱਲ ਗਏ ਨੇ ਜਿਹੜੇ ਵੱਡੇ ਸੀ ਸਭ ਚੱਲ ਗਏ ਤੁਸੀਂ ਯਾਨੀ ਕਿ ਜਦੋਂ ਉੱਥੋਂ ਕਾਫਲੇ ਤੋਂ ਆਏ ਤੁਸੀਂ ਇੱਧਰ ਪਾਕਿਸਤਾਨ 'ਚ ਕਿੰਨੀਆਂ ਭੈਣਾਂ ਆਈਆਂ ਸੀਗੀਆਂ ਅਸੀਂ ਤਿੰਨ ਭੈਣਾਂ ਇੱਕ ਭਰਾ ਭਰਾ ਦਾ ਕੀ ਨਾਂ ਸੀਗਾ ਹਸਨ ਉਹਦੀ ਉਮਰ ਕਿੰਨੀ ਸੀਗੀ ਉਸ ਵੇਲੇ ਉਹ ਪੰਜਵੇਂ ਸਾਲ 'ਚ ਸੀ ਪੰਜਵੇਂ ਸਾਲ 'ਚ
ਉਹ 5ਵੇਂ ਸਾਲ ਸੀ ਤੁਹਾਡੀ ਉਮਰ 7 ਸਾਲ ਤੋਂ ਅੱਛਾ 2 ਸਾਲ ਛੋਟਾ ਸੀ ਹਾਂ 2 ਸਾਲ ਛੋਟਾ ਠੀਕ ਹੈ ਉਹ ਫਿਰ ਤੁਹਾਡੇ ਨਾਲ ਮਤਲਬ ਉਹਨੂੰ ਤੁਸੀਂ ਚੁੱਕ ਕੇ ਲਿਆਏ ਜਾਂ ਹਾਂ ਚੁੱਕ ਕੇ ਹੀ ਲਿਆਉਂਦੇ ਸੀ ਭਾਈ ਕੋਈ ਚੁੱਕਣੇ ਦਾ ਤੇ ਕੋਈ ਚੁੱਕ ਲੈਂਦੇ ਸੀ ਇੱਥੋਂ ਚੁੱਕਣ ਦਾ ਥਾਂ ਹੁੰਦਾ ਸੀ ਤੁਹਾਡੇ ਨਾਨਕੇ ਤੇ ਤੁਹਾਡੇ ਨਾਲ ਕੋਈ ਨਹੀਂ ਸੀਗਾ ਨਹੀਂ ਹਾਂ ਨਾਨਕੇ ਇਹ ਤੇ ਨਾਨਕੇ ਕੋਈ ਨਹੀਂ ਸੀਗੇ ਸਾਡੇ ਨਾਨਕਿਆਂ ਦਾ ਸ਼ਰੀਕਾ ਸੀਗਾ ਇੱਕ ਘਰ ਸੀਗਾ ਉਹ ਵੀ ਸਾਨੂੰ ਇੱਧਰ ਆ ਕੇ ਪਤਾ ਲੱਗੇ ਵੀ ਸਾਡੇ ਨਾਨਕੇ ਦਾ ਸਾਨੂੰ ਕੋਈ ਪਤਾ ਨਹੀਂ ਨਾ ਉਹ ਕੰਪ ਚ ਸੀਗੇ ਉੱਥੇ ਅੱਛਾ ਤੁਸੀਂ ਆ ਕੇ ਇੱਥੇ ਰਹਿੰਦੇ ਰਹੇ ਹਾਂ ਇੱਥੇ ਰਹੇ ਫਿਰ ਬੜੀਆਂ ਹੋ ਗਈਆਂ ਤੁਸੀਂ ਹਾਂ ਤੇ ਫਿਰ ਤੁਹਾਡੀ ਸ਼ਾਦੀ ਕਰ ਦਿੱਤੀ ਹਾਂ ਜੀ ਘਰੇ ਸ਼ਾਦੀ ਹੋ ਗਈ ਇਹਦੇ ਨਾਲ ਸ਼ਾਦੀ ਹੋਈ ਉਹ ਤੁਹਾਡਾ ਰਿਸ਼ਤੇਦਾਰ ਲੱਗਦਾ ਸੀਗਾ ਤੁਹਾਡੇ ਵੀ ਨਹੀਂ ਨਹੀਂ ਮੇਰੀ ਭੈਣ ਵਿਆਹੀ ਹੋਈ ਸੀ ਮੇਰੀਆਂ ਫੁੱਫੀਆਂ ਦੀਆਂ ਦੋ ਇੱਥੇ ਇਸ ਜਗ੍ਹਾ ਤੇ ਹਾਂ ਉਹ ਕਿੱਥੇ ਬਈਆਂ ਸੀਗੀਆਂ ਉਹ ਇੱਥੇ ਹੀ ਸਾਡੇ ਸ਼ਰੀਕੇ ਚੋਂ ਮੇਰੇ ਸਹੁਰੇ ਦੇ ਭਤੀਜੇ ਲੱਗਦੇ ਸੀ ਕੀ ਨਾਂ ਸੀ ਉਹਨਾਂ ਦੇ ਕੀ ਨਾਂ ਦੇ ਜਿਹੜੇ ਤੁਹਾਡੇ ਉਹ ਭੈਣਾਂ ਵਿਆਹੀਆਂ ਜਿਹੜੇ ਫੁੱਫੀਆਂ ਹਾਂ ਜੀ ਇੱਕ ਨਾਂ ਹੈ ਸਾਦੀ ਅੱਛਾ ਇੱਕ ਨਾਂ ਪਰਸਿੰਦੀ ਬਸ਼ਿੰਦੀ ਪਰਸਿੰਨੀ ਪਰਸਿੰਨੀ ਹਾਂ ਇੱਕ ਭੈਣ ਉਹਨਾਂ ਦੀ ਉਧਰ ਹੀ ਬੈਠੀ ਸੀ ਉਹ ਨਾਮੇ ਬੈਠੇ ਨੇ ਉਹਦੇ ਬੱਚੇ ਅੱਛਾ ਉਹਦਾ ਬੱਚਾ ਵੀ ਮਰ ਗਿਆ ਇੱਕੋ ਹੀ ਬੱਚਾ ਸੀ ਉਹ ਬੁੱਗੇ ਵਿਆਹੀ ਹੋਈ ਸੀ ਅੱਛਾ ਹਾਂ ਉਹ ਉਧਰ ਹੀ ਰਹੀ ਸੀ ਆਈ ਆ ਉਹ ਕਈ ਵਾਰੀ ਮਿਲ ਗਈ ਸੀ ਸਾਨੂੰ ਇੱਥੇ ਤੁਹਾਡਾ ਫਿਰ ਉਹਨਾਂ ਦੇ ਨਾਲ ਰਾਬਤਾ ਕਿੱਦਾਂ ਹੋਇਆ ਕਿਹਦਾ ਨਾਂ ਪਿੱਛੇ ਆਪਣੀ ਅਮਸ਼ੀਰਾ ਦੇ ਨਾਲ ਸਾਨੂੰ ਪਤਾ ਨਹੀਂ ਦੀਦੀ ਨੂੰ ਮਰਜ਼ੀ ਇੱਕ ਹੈਗੀ ਛੇਕੜ ਰਾਬ ਕੇ ਹੋਏ ਉਹ ਜਿਹੜਾ ਮੇਰਾ ਜੇਠ ਸੀ ਨਾ ਉਹ ਗਿਆ ਕੇ ਰਾਬ ਦਾ ਅੱਛਾ ਆ ਫਿਰ ਚਿੱਠੀਆਂ ਚੁੱਠੀਆਂ ਪਾ ਦਿੰਦੇ ਮੇਰਾ ਸਹੁਰਾ ਸੀ ਜਿਹੜਾ ਉਹ ਰਮਣੀ ਨੂੰ ਆਪਣਾ ਚਿੱਠੀਆਂ ਪਾਉਂਦਾ ਰਿਹਾ ਜੱਟਾਂ ਨੂੰ ਜਿਹੜੇ ਸੀਗੇ ਜਿਹੜੇ ਮੇਲੀ ਮੁਹੱਬਤੀ